ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਕਰਦੇ ਹਾਂ ਬੋਲੀਵੁੱਡ ਤੜਕਾ ਵਿੱਚ ਅਤੇ ਹਾਜ਼ਰ ਹੋਇਆ ਨਵੀਂ ਵੀਡੀਓ ਦੇ ਨਾਲ। ਦੋਸਤੋ, ਅੱਜ ਆਪਾਂ ਗੱਲ ਕਰਾਂਗੇ ਬੱਬੂ ਮਾਨ ਬਾਰੇ ਅਤੇ ਉਹਦੇ ਵਿਰੋਧੀਆਂ ਬਾਰੇ। ਜਿਵੇਂ ਕਿ ਸਭ ਨੂੰ ਪਤਾ ਹੀ ਹੈ, ਜਦੋਂ ਤੋਂ ਬੱਬੂ ਮਾਨ ਨੇ ਆਪਣਾ ਸਿੰਗਿੰਗ ਕਰੀਅਰ ਸ਼ੁਰੂ ਕੀਤਾ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਉਹ ਸਭ ਤੋਂ ਉੱਤੇ ਹੀ ਰਿਹਾ ਹੈ ਅਤੇ ਉਸਦੇ ਜੋ ਗਾਣੇ ਹੁੰਦੇ ਨੇ ਉਹ ਸਭ ਤੋਂ ਅਲੱਗ ਅਤੇ ਸੱਚੇ ਹੁੰਦੇ ਨੇ। ਅਤੇ ਪਹਿਲਾਂ ਤਾਂ ਬੱਬੂ ਮਾਨ ਦੇ ਕੁਝ ਜ਼ਿਆਦਾ ਵੱਡੇ ਹੇਟਰਸ ਨਹੀਂ ਸੀ ਹੁੰਦੇ, ਪਰ ਜਦੋਂ ਤੋਂ ਸਿੱਧੂ ਮੂਸੇ ਵਾਲੇ ਨਾਲ ਉਸਦਾ ਰੌਲਾ ਪੈਣ ਲੱਗਿਆ ਤਾਂ ਉਸ ਤੋਂ ਬਾਅਦ ਉਸਦੇ ਵੀ ਕਾਫੀ ਜ਼ਿਆਦਾ ਹੇਟਰ ਬਣ ਗਏ। ਅਤੇ ਆਪਾਂ ਇਹ ਵੀ ਗੱਲ ਦੱਸ ਦਈਏ ਕਿ ਇਸ ਵਿੱਚ ਕੋਈ ਵੀ ਗਲਤੀ ਬੱਬੂ ਮਾਨ ਜਾਂ ਸਿੱਧੂ ਮੂਸੇ ਵਾਲੇ ਦੀ ਨਹੀਂ ਹੈ, ਮੇਨ ਇਹ ਗੱਲ ਤਾਂ ਲੋਕਾਂ ਦੀ ਹੈ। ਲੋਕ ਹੀ ਇੱਕ ਦੂਜੇ ਨੂੰ ਐਵੇਂ ਹੀ ਗੱਲਾਂ ਵਿੱਚ ਲੜਵਾ ਦਿੰਦੇ ਨੇ, ਭਾਵੇਂ ਅਗਲੇ ਨੇ ਉਹ ਗੱਲ ਕਿਸੇ ਹੋਰ ਬਾਰੇ ਕਹੀ ਹੋਵੇ ਜਾਂ ਕਿਸੇ ਨੂੰ ਵੀ ਨਾ ਕਹੀ ਹੋਵੇ, ਉੱਦਾਂ ਹੀ ਕੀਤੀ ਹੋਵੇ, ਤਾਂ ਵੀ ਲੋਕ ਉਹ ਗੱਲ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਦੂਜੇ ਬੰਦੇ 'ਤੇ ਸੁੱਟ ਦਿੰਦੇ ਨੇ ਕਿ ਸਿੱਧੂ ਮੂਸੇ ਵਾਲੇ ਨੇ ਇਹ ਰਿਪਲਾਈ ਬੱਬੂ ਮਾਨ ਨੂੰ ਕੀਤਾ ਸੀ ਅਤੇ ਬੱਬੂ ਮਾਨ ਨੇ ਇਹ ਰਿਪਲਾਈ ਸਿੱਧੂ ਮੂਸੇ ਵਾਲੇ ਨੂੰ ਕੀਤਾ ਸੀ। ਅਤੇ ਕਰੀਬ ਇੱਕ ਮਹੀਨਾ ਪਹਿਲਾਂ ਬੱਬੂ ਮਾਨ ਦਾ ਗੀਤ ਵੈਲੀ ਲਾਣੇ ਆਇਆ ਸੀ ਅਤੇ ਉਸ ਵਿੱਚ ਬੱਬੂ ਮਾਨ ਨੇ ਇੱਕ ਲਾਈਨ ਬੋਲੀ ਸੀ ਜਿਸ ਵਿੱਚ ਕਿਹਾ ਸੀ ਕਿ ਮੈਨੂੰ ਨਫ਼ਰਤ ਕਰਨ ਵਾਲੇ ਹਲੇ ਨਿਆਣੇ ਆ। ਅਤੇ ਕਈ ਲੋਕਾਂ ਨੇ ਇਹ ਗੱਲ ਚੱਕ ਲਈ ਅਤੇ ਕਿਹਾ ਕਿ ਇਹ ਗੱਲ ਸਿੱਧੂ ਮੂਸੇ ਵਾਲੇ ਦੇ ਫੈਨਾਂ ਲਈ ਕਹੀ ਗਈ ਹੈ ਕਿ ਉਸਨੂੰ ਜ਼ਿਆਦਾਤਰ ਛੋਟੀ ਉਮਰ ਦੇ ਲੋਕ ਹੀ ਫੋਲੋ ਕਰਦੇ ਨੇ ਅਤੇ ਤਾਂ ਹੀ ਬੱਬੂ ਮਾਨ ਨੇ ਇਹ ਗੱਲ ਕਹੀ ਹੈ ਕਿ ਮੈਨੂੰ ਜਿਹੜੇ ਨਫ਼ਰਤ ਕਰਦੇ ਨੇ ਉਹ ਹਲੇ ਨਿਆਣੇ ਨੇ। ਬਾਕੀ ਇੱਦਾਂ ਦੀ ਕੋਈ ਗੱਲ ਵੈਸੇ ਹੈ ਨਹੀਂ ਸੀ, ਧੱਕੇ ਨਾਲ ਹੀ ਲੋਕ ਇੱਕ ਦੂਜੇ 'ਤੇ ਇੱਦਾਂ ਦੀਆਂ ਗੱਲਾਂ ਸੁੱਟ ਦਿੰਦੇ ਨੇ ਤਾਂ ਕਿ ਜ਼ਿਆਦਾ ਹੋਰ ਅੱਗੇ ਤੋਂ ਅੱਗੇ ਪਵਾੜੇ ਪੈਂਦੇ ਰਹਿਣ। ਬਾਕੀ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ। ਉਮੀਦ ਕਰਦੇ ਹਾਂ ਵੀਡੀਓ ਚੰਗੀ ਲੱਗੀ, ਇੱਦਾਂ ਦੀ ਹੋਰ ਵੀਡੀਓਜ਼ ਦੇਖਣ ਲਈ ਸਬਸਕ੍ਰਾਈਬ ਕਰੋ ਬੋਲੀਵੁੱਡ ਤੜਕਾ।